ਨਵਾਂ ਨੇੜਲੇ ਪਿੰਡ ਕਲਹਾਣਾ ਵਾਸੀ ਚਮਕੌਰ ਸਿੰਘ ਨੇ ਦੱਸਿਆ ਕਿ ਮੈਂ 10 ਦਿਨ ਪਹਿਲਾਂ ਆਨਲਾਈਨ ਮੋਬਾਈਲ MI ਨੋਟ 9 ਮੰਗਵਾਇਆ ਸੀ। ਉਸ ਤੋਂ ਬਾਅਦ ਮੈਨੂੰ ਕੰਪਨੀ ਦੇ ਵੱਲੋਂ 16 ਅਗਸਤ ਨੂੰ ਫੋਨ ਆਇਆ ਕਿ ਤੁਹਾਡਾ ਮੋਬਾਈਲ ਫੋਨ 21 ਅਗਸਤ ਤੱਕ ਤੁਹਾਡੇ ਕੋਲ ਪਹੁੰਚ ਜਾਵੇਗਾ। ਉਸ ਤੋਂ ਬਾਅਦ ਅੱਜ ਸਵੇਰੇ ਨਾਭਾ ਤੋਂ ਕੋਰੀਅਰ ਸਰਵਿਸ ਵਾਲਿਆਂ ਦਾ ਮੈਨੂੰ ਫੋਨ ਆਇਆ ਕਿ ਤੁਹਾਡਾ ਪਾਰਸਲ ਆਇਆ ਹੈ। ਮੈਂ ਨਾਭੇ ਤੋਂ ਪਾਰਸਲ ਪ੍ਰਾਪਤ ਕੀਤਾ ਅਤੇ 3000 ਰੁਪਏ ਕੈਸ਼ ਦੇ ਦਿੱਤਾ, ਪਰੰਤੂ ਜਦੋਂ ਮੈਂ ਉਪਰੋਕਤ ਪਾਰਸਲ ਖੋਲ੍ਹਿਆ ਤਾਂ ਮੈਨੂੰ ਹੈਰਾਨੀ ਦੀ ਹੱਦ ਨਾ ਰਹੀ, ਜਦ ਉਸ ਵਿੱਚ ਮੋਬਾਈਲ ਫੋਨ ਦੀ ਥਾਂ 'ਤੇ ਪਰਫਿਊਮ ਦੀ ਸ਼ੀਸ਼ੀ ਨਿਕਲੀ ਅਤੇ ਕੁਝ ਅਖਬਾਰ ਨਿਕਲੇ। ਇਸ ਸੰਬੰਧੀ ਜਦੋਂ ਮੈਂ ਕੈਰੀਅਰ ਸਰਵਿਸ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਸਾਡੀ ਕੋਈ ਗਲਤੀ ਨਹੀਂ, ਤੁਸੀਂ ਸ਼ਿਕਾਇਤ ਦਰਜ ਕਰਵਾ ਦਿਓ। ਇਸ ਸੰਬੰਧੀ ਜਦੋਂ ਸ਼ਿਕਾਇਤ ਦਰਜ ਕਰਵਾਉਣ ਲਈ ਸਦਰ ਥਾਣਾ ਨਾਭਾ ਗਿਆ ਤਾਂ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਕਾਫੀ ਖਜਲ ਖੁਆਰ ਹੋਣ ਤੋਂ ਬਾਅਦ ਉਹਨਾਂ ਕਿਹਾ ਕਿ ਪਟਿਆਲਾ ਵਿਖੇ ਸਾਈਬਰ ਸੈੱਲ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਓ। ਮੇਰਾ ਨਾਮ ਚਮਕੌਰ ਸਿੰਘ ਹੈ ਜੀ, ਪਿੰਡ ਕਲਿਆਣਾ ਜੀ। ਕੀ ਹੋਇਆ ਤੁਹਾਡੇ ਨਾਲ, ਕੀ ਗੱਲਬਾਤ ਹੋਈ ਹੈ, ਸਾਰੀ ਡਿਟੇਲ 'ਚ ਦੱਸੋ। ਮੈਨੂੰ ਨਾ ਕਰੋਮ 'ਤੇ ਔਫਰ ਆਈ ਸੀਗੀ ਜੀ, ਮੈਂ ਉਹ 'ਤੇ ਕਲਿੱਕ ਕਰਿਆ, ਉਦੋਂ ਬਾਅਦ ਸਿੱਧਾ ਵਟਸਐਪ 'ਤੇ ਨੰਬਰ ਆ ਗਿਆ ਜੀ। ਉੱਥੇ ਉਹਨਾਂ ਨੇ ਮੋਬਾਈਲ ਦੀਆਂ ਫੋਟੋਆਂ ਭੇਜੀਆਂ ਅਤੇ ਮੈਂ ਨੇ ਔਡਰ ਕਰਤਾ ਜੀ। ਸਾਰਾ ਆਪਦਾ ਨਾਂ, ਨੇਮ, ਪਿੰਡ ਦਾ ਨੇਮ, ਨੰਬਰ ਜੀ। ਕਿਹੜਾ ਮੋਬਾਈਲ ਤੁਸੀਂ ਲੈਣ ਲਈ ਅਪਲਾਈ ਕੀਤਾ ਸੀ? MI ਨੋਟ 9 ਜੀ। ਅਤੇ ਕਿਹੜੀ ਸਾਈਟ ਸੀ, ਕਿਹੜੀ ਸਾਈਟ ਤੁਸੀਂ ਗਏ, ਕਿੰਨੇ ਪੈਸੇ ਪੇ ਕੀਤੇ? ਕਰੋਮ 'ਤੇ ਸਾਈਟ ਸੀਗੀ, ਉੱਥੇ ਉਹਨਾਂ ਨੇ ਕੈਸ਼ ਔਨ ਡਿਲੀਵਰੀ 3000 ਦੀ ਗਈ। ਅਤੇ ਫਿਰ ਤੁਸੀਂ ਉਹਨੂੰ ਓਕੇ ਕਰਤਾ? ਹਾਂਜੀ, ਓਕੇ ਕਰਿਆ ਜੀ। ਉਦੋਂ ਬਾਅਦ ਵਟਸਐਪ 'ਤੇ ਨੰਬਰ ਆ ਗਿਆ ਜੀ, ਮੈਂ ਉੱਥੇ ਔਡਰ ਕਰਤਾ ਜੀ, ਅਤੇ ਉਹਨਾਂ ਨੇ ਕਲਰ ਪੁੱਛਿਆ ਜੀ ਮੋਬਾਈਲ ਦਾ, ਹੋਰ ਸਾਰਾ ਕੁਝ ਦੱਸਿਆ ਜੀ ਵੀ ਇਹ 'ਚ ਆਹ ਹੋਊਗਾ ਜੀ। ਅੱਛਾ, ਫਿਰ ਕੀ ਹੋਇਆ, ਫਿਰ ਕਿੰਨੇ ਦਿਨਾਂ ਬਾਅਦ? ਉਹ ਔਡਰ 16 ਨੂੰ ਆਉਣਾ ਸੀਗਾ ਜੀ, ਉਹਨਾਂ ਨੇ ਵਧਾ ਕੇ ਅੱਗੇ 22 ਨੂੰ 21 ਨੂੰ ਕਰਤਾ ਜੀ। ਹਾਂਜੀ, ਅਤੇ ਫਿਰ ਕਿੰਨੇ ਦਿਨਾਂ ਬਾਅਦ ਔਡਰ ਆਇਆ? ਉਹ ਆਇਆ ਜੀ ਹਫ਼ਤੇ ਕੁ ਬਾਅਦ ਆ ਗਿਆ ਜੀ। ਫਿਰ ਉੱਥੇ ਕੀ ਹੋਇਆ, ਤੁਸੀਂ ਕਿੱਥੇ ਪੈਸੇ ਦਿੱਤੇ, ਕਿਹਨੂੰ ਪੈਸੇ ਦਿੱਤੇ? ਪਹਿਲਾਂ ਤੁਹਾਨੂੰ ਫੋਨ ਆਇਆ? ਹਾਂਜੀ, ਫੋਨ ਆਇਆ ਸੀਗਾ ਜੀ। ਉਦੋਂ ਪਹਿਲਾਂ ਮੈਸੇਜ ਆਇਆ ਜੀ ਵੀ ਤੁਹਾਡੀ ਡਿਲੀਵਰੀ ਆ ਗਈ ਜੀ, ਉਦੋਂ ਬਾਅਦ ਫੋਨ ਕਰਿਆ ਜੀ ਕੋਰੀਅਰ ਵਾਲਿਆਂ ਨੇ। ਹਾਂਜੀ, ਉੱਥੇ ਖੋਲ੍ਹੇ ਜੀ। ਕਿੱਥੋਂ, ਨਾਭੇ ਤੋਂ? ਹਾਂਜੀ, ਦੱਸ ਦਿਓ ਜੀ ਗੱਲ, ਨਾਭੇ ਤੋਂ ਫੋਨ ਕੀਤਾ ਗਿਆ? ਨਾਭੇ ਤੋਂ ਫੋਨ ਕੀਤਾ ਜੀ ਕੋਰੀਅਰ ਵਾਲਿਆਂ ਨੇ। ਹਾਂਜੀ, ਕਿਹੜਿਆਂ ਨੇ? ਈਕੋਮ ਐਕਸਪ੍ਰੈਸ ਜੀ। ਈਕੋਮ ਐਕਸਪ੍ਰੈਸ ਵਾਲੇ ਨੇ ਜੀ। ਅੱਛਾ, ਫਿਰ ਉਦੋਂ ਬਾਅਦ ਗਏ ਜੀ ਉੱਥੇ, ਅਤੇ ਉਹਨਾਂ ਨੇ ਨਾਈ ਦੇ ਫੋਨ ਰੱਖਤਾ ਜੀ, ਉਹ ਡਿਲੀਵਰੀ ਦੇਣ ਗਏ ਤੇ ਅਸੀਂ ਨਾਈ ਦੇ ਖੋਲ੍ਹੇ ਜੀ ਫੋਨ, ਉਹ 'ਚੋਂ ਮੌਕੇ ਦੀ ਵੀਡੀਓ ਜੀ ਸਾਡੇ ਕੋਲ, ਉਹ 'ਚੋਂ ਸੈਂਟ ਨਿਕਲੇ ਜੀ ਸਿਰਫ। ਕੀ ਨਿਕਲਿਆ? ਸੈਂਟ, ਪਰਫਿਊਮ ਜੀ। ਤੁਸੀਂ ਕਿੰਨੇ ਪੈਸੇ ਪੇ ਕੀਤੇ ਉੱਥੇ? 3000 ਜੀ। 3000, ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਉੱਥੇ ਗਏ? ਹਾਂਜੀ। ਕੀ ਕਹਿੰਦੇ ਤੁਹਾਨੂੰ ਉਹ? ਕਹਿੰਦੇ ਜੀ ਕੋਈ ਹੱਲ ਨਹੀਂ ਜੀ। ਅੱਛਾ, ਕੋਈ FIR ਵਗੈਰਾ ਰਿਪੋਰਟ ਦਰਜ ਕਰਾਈਏ? ਫਿਰ ਉਸ ਤੋਂ ਬਾਅਦ ਕਿੱਥੇ ਤੁਸੀਂ FIR ਵਗੈਰਾ ਦਰਜ ਕਰਾਉਣਗੇ? ਅਸੀਂ ਗਏ ਸਾਂਝ ਕੇਂਦਰ ਜੀ, ਉਹ ਕਹਿੰਦੇ ਕਤਵਾਲੀ 'ਚ ਵਗ ਜਾਓ ਜੀ। ਕਤਵਾਲੀ 'ਚ ਗਏ, ਉਹ ਕਹਿੰਦੇ ਸਦਰ ਥਾਣੇ 'ਚ ਜਾਓ ਜੀ। ਅੱਛਾ, ਕਹਿੰਦੇ ਵੀ ਤੁਹਾਡੀ ਰਿਪੋਰਟ ਉੱਥੇ ਲਿਖੀ ਜਾਓ ਜੀ। ਹਾਂ, ਮੰਗਾਇਆ ਮੋਬਾਈਲ ਸੀਗਾ ਜੀ, ਡਾਊਟ ਹੈਗਾ ਸੀਗਾ ਵੀ ਕੁਛ ਹੋਰ ਹੋ ਸਕਦਾ ਗਾ, ਤਾਂ ਹੀ ਅਸੀਂ ਨੇ ਵੀਡੀਓ ਬਣਾਈ ਸੀ। ਅਤੇ ਵੀਡੀਓ ਬਣਾਉਣ ਤੋਂ ਬਾਅਦ ਵੀ ਦੇਖਿਆ ਵੀ ਪਰਫਿਊਮ ਵੀ ਨਿਕਲਿਆ ਸੀਗਾ, ਅਤੇ ਉੱਥੇ ਕਿਹਾ ਵੀ ਨਾਈ ਨੂੰ, ਉਹ ਕਹਿੰਦਾ ਵੀਰੇ ਮੈਂ ਕੁਛ ਨਹੀਂ ਕਰ ਸਕਦਾ, ਵੀ ਇਹ ਤਾਂ ਉਹਦੇ ਨਾਲ ਗੱਲ ਕਰੋ ਤੁਸੀਂ ਜਿਹਨੇ ਔਡਰ ਦਿੱਤਾ ਤੁਹਾਨੂੰ। ਜਿਹੜੀ ਉੱਥੇ ਕੰਪਨੀ ਵਾਲੇ ਲਵੇ ਗਏ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਤਾਂ ਕੁਛ ਨਹੀਂ ਕਿਹਾ ਜੀ, ਉਹ ਕਹਿੰਦੇ ਵੀ ਆਪਣਾ ਕੰਪਲੇਂਟ ਪਾ ਕੇ ਦੇਖ ਲਓ ਜੀ, ਹੱਲ ਹੁੰਦਾ ਕੋਈ, ਲੇਕਿਨ ਕੋਈ ਹੱਲ ਨਹੀਂ ਹੋਇਆ ਜੀ, ਕੋਈ ਪ੍ਰਸ਼ਾਸਨ ਦੀ ਸਹਾਇਤਾ ਨਹੀਂ ਮਿਲੀ ਸਾਨੂੰ। ਅਤੇ ਅਗਲਾ ਮੈਸੇਜ ਮੇਰਾ ਇਹੀ ਹੈਗਾ ਵੀ ਕਦੇ ਵਾਸਤੇ ਵੀ ਕੋਈ ਵੀ ਸਮਾਨ ਔਨਲਾਈਨ ਮੰਗਾਉਣਾ ਤਾਂ ਸੋਚ ਸਮਝ ਕੇ ਮੰਗਾਓ ਜੀ। ਆਵਾਜ਼ੀ ਕੰਮ TV ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।